ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰਪੁਰ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਇਸ ਵੇਲੇ ਪ੍ਰਾਈਮ ਡਿਸਕਸ਼ਨ ਦਾ ਟਾਈਮ ਹੁੰਦਾ ਜਿਹਦੇ ਵਿੱਚ ਮੇਰੇ ਨਾਲ ਆਮ ਤੌਰ ਤੇ ਕਿਸੇ ਨਾ ਕਿਸੇ ਸਵਾਲ ਪੁੱਛਣ ਵਾਲੇ ਐਂਕਰ ਨੇ ਵੀ ਬੈਠਣਾ ਹੁੰਦਾ ਅੱਜ ਉਹਨਾਂ ਸਾਰਿਆਂ ਦੇ ਬਜਾਏ ਮੈਂ ਇਕੱਲਾ ਤੁਹਾਡੇ ਨਾਲ ਜਦੋਂ ਗੱਲ ਕਰਨ ਲੱਗਾ ਇਹ ਕੁਝ ਜ਼ਰੂਰੀ ਮਸਲਾ ਜਿਹਦਾ ਕਰਕੇ ਮੈਂ ਇਸ ਗੱਲ 'ਦੀ ਪੇਸ਼ ਹੋਇਆ ਉਦੇ ਵਿੱਚ ਇੱਕ ਖੁਸ਼ਖਬਰੀ ਵੀ ਹੈ। ਕੁਝ ਇਤਿਹਾਸ ਦੀ ਗੱਲ ਵੀ ਹੈ। ਪ੍ਰਾਈਮ ਏਸ਼ੀਆ ਦੇ ਤੇ ਤੁਹਾਡੇ ਦਰਸ਼ਕਾਂ ਦੇ ਸਬੰਧਾਂ ਦੇ ਇਤਿਹਾਸ ਦੀ ਗੱਲ। ਕੁਝ ਸੰਦੇਸ਼ ਵੀ ਹੈ, ਕੁਝ ਜ਼ਿੰਮੇਵਾਰੀਆਂ ਵੀ ਨੇ ਜਿੰਨਾਂ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗਾ। ਤੁਸੀਂ ਇਹ ਜਾਣ ਕੇ ਖੁਸ਼ ਹੋਵੋਗੇ ਕਿ ਭਾਰਤ ਵਿੱਚ ਜਿਹੜੇ ਵਸਦੇ ਸਾਡੇ ਪੰਜਾਬੀ ਨੇ ਜਾਂ ਕਈ ਗੈਰ ਪੰਜਾਬੀ ਵੀ ਜਿਹੜੇ ਬੋਲ ਨਹੀਂ ਸਕਦੇ ਪਰ ਪੰਜਾਬੀ ਸਮਝਦੇ ਨੇ ਉਹ ਲਗਾਤਾਰ ਗਿਲਾ ਕਰਦੇ ਸੀ ਕਿ ਬਾਕੀ ਸਾਰੇ ਚੈਨਲ ਸਾਡੇ ਟੀਵੀ ਤੇ ਆਉਂਦੇ ਨੇ ਪ੍ਰਾਈਮੇਸ਼ੀਆ ਨਹੀਂ ਆਉਂਦਾ ਪਿਛਲੇ ਸਮੇਂ 'ਚ ਇੱਕ ਡਿਵੈਲਪਮੈਂਟ ਹੋਈ ਸੀ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਟੀਵੀ ਬਣਾਉਂਦੀਆਂ ਸਮਾਰਟ ਟੀਵੀ ਬਣਾਉਂਦੀਆਂ ਉਹ ਦੁਨੀਆ ਦੇ ਕਈ ਚੈਨਲ ਇਸ ਤਰ੍ਹਾਂ ਉਹਦੇ ਵਿੱਚ ਇਨਬਿਲਟ ਭੇਜਦੀਆਂ ਨੇ ਕਿ ਜੇ ਤੁਹਾਡੇ ਘਰ ਵਾਈਫਾਈ ਕਨੈਕਸ਼ਨ ਹੈਗਾ ਤੇ ਡੈਸਟੀ ਲੋਡ ਨਹੀਂ ਤੁਸੀਂ ਸਿੱਧਾ ਉਹਦੇ ਤੋਂ ਲਿੰਕ ਕਰ ਸਕਦੇ ਹੋ ਉਹਨਾਂ ਨੇ ਅੰਗਰੇਜ਼ੀ ਦੇ ਬਹੁਤ ਸਾਰੇ ਵੱਡੇ ਵੱਡੇ ਚੈਨਲ ਦੁਨੀਆ ਭਰ ਦੇ ਰੱਖੇ ਸਨ ਹਿੰਦੀ ਦੇ ਵੀ ਕਈ ਚੈਨਲ ਰੱਖੇ ਸਨ ਪੰਜਾਬੀ ਖਬਰਾਂ ਦਾ ਕਿਸੇ ਪ੍ਰੋਗਰਾਮ ਦਾ ਕੋਈ ਚੰਨ ਰਹਿ ਉਹ ਜਾਂ ਨਹੀਂ ਸੀ ਰੱਖਿਆ ਪਿਛਲੇ ਸਾਲ ਤੋਂ ਪਹਿਲਾਂ ਇੱਕ ਕੰਪਨੀ ਫਰਦੂਸੀ ਕੰਪਨੀ ਸਮਾਰਟਫੋਨ ਜਿਹੜੀਆਂ ਟੀਵੀ ਵਾਲੀਆਂ ਕੰਪਨੀਆਂ ਨੇ ਉਹਨਾਂ ਨੇ ਪੰਜਾਬੀ ਚੈਨਲਾਂ ਚੋਂ ਪਹਿਲਾ ਪ੍ਰਾਈਮ ਏਸ਼ੀਆ ਚੁਣਿਆ ਜਿਹੜਾ ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਹੀ ਆਉਣ ਲੱਗ ਪਿਆ ਸੀ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ 'ਚ ਵਾਈਫਾਈ ਕਨੈਕਸ਼ਨ ਨਾਲ ਜੋੜ ਕੇ ਦੇਖਣਾ ਸ਼ੁਰੂ ਕਰ ਦਿੱਤਾ ਸੀ ਇਹ ਇੱਕ ਚੰਗਾ ਪ੍ਰਬੰਧ ਸੀ ਜਿਹੜਾ ਅਸੀਂ ਨਹੀਂ ਕੀਤਾ ਉਹਨਾਂ ਸਮਾਰਟ ਟੀਵੀ ਵਾਲੀਆਂ ਕੰਪਨੀਆਂ ਨੇ ਆਪਣੇ ਸਰਵੇ ਦੇ ਆਧਾਰ ਤੇ ਕੀਤਾ ਸੀ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਤੇ ਆਪਣੇ ਦਰਸ਼ਕਾਂ ਦੇ ਵੀ ਜਿਨ੍ਹਾਂ ਨੇ ਉਹਨੂੰ ਹੰਗਾਰਾ ਪਾਇਆ ਸੀ ਫਿਰ ਵੀ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਕੋਲ ਅਜੇ ਪੁਰਾਣੇ ਟੀਵੀ ਸਨ ਜਿਨ੍ਹਾਂ ਦੇ ਘਰਾਂ 'ਚ ਇਹ ਪ੍ਰਬੰਧ ਨਹੀਂ ਸਨ ਖਾਸ ਤੌਰ ਤੇ ਸਾਡੇ ਐਨਆਰਏ ਭਰਾ ਤੇ ਭੈਣਾਂ ਉਹਨਾਂ ਦੇ ਬੱਚੇ ਤੇ ਬਜ਼ੁਰਗ ਜਦੋਂ ਇੱਥੇ ਭਾਰਤ ਵਿੱਚ ਛੁੱਟੀਆਂ ਕੱਟਣ ਆਉਂਦੇ ਸਨ ਤੇ ਉਹਨਾਂ ਦਾ ਸ਼ਿਕਵਾ ਇਹ ਹੁੰਦਾ ਸੀ ਕਿ ਸਾਡੇ ਟੀਵੀ ਸੈੱਟ ਦੇ ਉੱਤੇ ਘਰ ਦੇ ਵਿੱਚ ਪ੍ਰਾਈਮੇਸ਼ੀਆ ਨਹੀਂ ਚੱਲਦਾ ਇਹਦਾ ਕੀ ਕੀਤਾ ਜਾਵੇ ਅਸੀਂ ਉਹਦੇ ਵਾਸਤੇ ਬੜੇ ਚਿਰ ਦੇ ਯਤਨ ਕਰਦੇ ਪਏ ਸੀ ਅਸੀਂ ਦਾ ਮਤਲਬ ਇਹ ਨਹੀਂ ਕਿ ਅਸੀਂ ਸਾਰੀ ਟੀਮ ਲੱਗੇ ਸਾਂ ਅਸੀਂ ਸਾਰੀ ਟੀਮ ਤਾਂ ਪਿੱਛੇ ਖੜੋਣ ਵਾਲੇ ਸਾਂ ਸਾਰੀਆਂ ਕੋਸ਼ਿਸ਼ਾਂ ਦੇ ਵਾਸਤੇ ਜਿਹੜੇ ਮੁੱਖ ਯਤਨ ਹੈ ਮੁੱਖ ਅਪਰਾਲੇ ਆ ਸਭ ਤੋਂ ਵੱਧ ਖੇਚਲ ਉਹ ਟੀਵੀ ਪ੍ਰਾਈਮੇਸ਼ੀਆ ਦੇ ਸੀਓ ਅਮਨ ਖਟਕੜੋ ਰਾਨੇ ਕੀਤੀ ਹੈ ਤੇ ਅੱਜ ਅਸੀਂ ਉਹ ਉਸ ਪੜਾਅ ਤੇ ਪਹੁੰਚ ਗਏ ਆ ਕਿ ਅੱਜ ਅਮਰਤ ਵੇਲੇ 3 ਵਜੇ Airtel ਦੀ ਡਿਸ਼ ਦੇ ਉੱਤੇ ਪਹਿਲੀ ਵਾਰੀ ਭਾਰਤ ਵਿੱਚ ਪ੍ਰਾਈਮੇਰੀ ਸ਼ੈਰੀੜਾ ਵੇਖਿਆ ਜਾਣਾ ਸੰਭਵ ਹੋਇਆ ਅੱਜ ਸਵੇਰ ਤੋਂ ਇਹਦੇ ਚੈਨਲ ਨੰਬਰ 400 564 ਮਾਫ ਕਰਨਾ ਮੈਂ ਭੁੱਲ ਗਿਆ ਅੱਜ ਪਹਿਲਾ ਦਿਨ ਹੈ ਨਾ ਅਜੇ ਕੁਝ ਦਿਨ ਭੁੱਲਾਂਗੇ ਜਨਰਲ 564 ਦੇ ਉੱਤੇ ਟੀਵੀ ਪ੍ਰਾਈਮ ਏਸ਼ੀਆ ਤੁਸੀਂ Airtel ਡਿਸਕ ਤੇ ਆਪੋ ਆਪਣੇ ਘਰਾਂ ਚ ਵੇਖ ਸਕਦੇ ਹੋ ਐਸ ਵੇਲੇ ਵੀ ਚੱਲਦਾ ਪਿਆ ਉੱਥੇ ਉਹਦੇ ਵਿੱਚ ਆ ਪ੍ਰੋਗਰਾਮ ਅਜੇ ਨਹੀਂ ਹੋਵੇਗਾ ਪਰ ਬਾਕੀ ਉਹਦੇ ਵਿੱਚ ਪ੍ਰੋਗਰਾਮ ਸਾਰੇ ਜਿਹੜੇ ਆ ਹਾਂ ਤੇ ਇਹ ਤੁਸੀਂ ਉੱਥੇ ਵੇਖ ਰਹੇ ਹਾਂ ਮੈਂ ਅਗਲੀ ਗੱਲ ਇਹ ਕਰਾਂ ਕਿ ਜਦੋਂ ਪਹਿਲੀ ਵਾਰ ਇਹ ਗੱਲ ਚੱਲੀ 2016 ਦੇ ਵਿੱਚ ਕਿ ਮੈਨੂੰ ਕਿਸੇ ਦਾ ਫੋਨ ਆਇਆ ਕੈਨੇਡਾ ਤੋਂ ਕਿ ਇੱਕ ਨੌਜਵਾਨ ਅਮਨ ਖਟਕੜ ਨਾਂ ਦਾ ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਉਹ ਕੋਈ ਟੀਵੀ ਪ੍ਰੋਗਰਾਮ ਚ ਚਲਾਉਣ ਲੱਗਾ ਮੇਰੇ ਮਨ ਸੀ ਬਹੁਤ ਸਾਰੇ ਨੌਜਵਾਨਾਂ ਨੇ ਪ੍ਰੋਗਰਾਮ ਬਣਾਏ ਚਲਾਏ ਛੱਡ ਦਿੱਤੇ ਥੋੜੀ ਜਿਹੀ ਜਜਤਨੋਂ ਦਾ ਹੋ ਸਕਦਾ ਇਸ ਤਰ੍ਹਾਂ ਦਾ ਹੋਵੇ ਮੈਂ ਜਾਣਦਾ ਨਹੀਂ ਸੀ ਅਮਨ ਖਟਕੜ ਕੌਣ ਆ ਖैर ਮੈਂ ਹੰਗਾਰਾ ਪਰਿਆਤ ਅਸੀਂ ਸ਼ੁਰੂਆਤ ਕਰ ਦਿੱਤੀ ਮੈਨੂੰ ਅੱਜ ਵੀ ਯਾਦ ਆਉਂਦਾ ਕਿ ਜਲੰਧਰ ਸ਼ਹਿਰ ਤੇ ਜਲੰਧਰ ਹਵੇਲੀ ਦੇ ਵਿਚਾਲੇ ਬਿੰਗਾ ਪਿੰਡ ਦੀ ਇੱਕ ਕੋਠੀ ਦੇ ਕੁਝ ਕਮਰੇ ਕਿਰਾਏ ਤੇ ਲੈ ਕੇ ਤੇ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਸਾਡੇ ਵਾਸਤੇ ਮੁਸ਼ਕਲ ਇਹ ਸੀ ਕਿ ਜੇ ਅਸੀਂ ਮੇਜ਼ ਜਿਹੜੀ ਸਾਹਮਣੇ ਰੱਖ ਕੇ ਕੰਮ ਕਰਦੇ ਸਾਂ ਤੇ ਕੁਰਸੀਆਂ ਨੀਵੇਂ ਹੁੰਦੀਆਂ ਸੀ ਕੁਰਸੀਆਂ ਥੱਲੇ ਅਸੀਂ ਇੱਟਾਂ ਰੱਖਦੇ ਸਾਂ ਤੇ ਉੱਚੀਆਂ ਹੋ ਜਾਂਦੀਆਂ ਸੀ ਅਸੀਂ ਉੱਥੇ ਜਿਗਾੜ ਕਰਕੇ ਸ਼ੁਰੂ ਕੀਤਾ ਤੇ ਸਾਡੇ ਉਧਰੋਂ ਪ੍ਰੋਗਰਾਮ ਚੱਲਦੇ ਹੁੰਦੇ ਸੀ ਤੇ ਉਧਰੋਂ ਉਸ ਕੋਠੀ ਤੇ ਗਵਾਰਡ ਵਿੱਚ ਗਾਰਡਿੰਗਾਂ ਲੱਗ ਪੈਂਦੀ ਸੀ ਅਸੀਂ ਬੜੇ ਯਤਨਾਂ ਦੇ ਬਾਵਜੂਦ ਉੱਥੇ ਸਾਊਂਡ ਪ੍ਰੂਫਿੰਗ ਨਹੀਂ ਅਸੀਂ ਕਰ ਸਕੇ ਇੱਥੇ ਸ਼ੁਰੂ ਕੀਤਾ ਫਿਰ ਹੌਲੀ-ਹੌਲੀ ਅਸੀਂ ਵੱਡਾ ਸਟੂਡੀਓ ਜਲੰਧਰ ਵਿੱਚ ਲਿਆ ਅਮਨ ਖੜਕਰ ਹੋਈ ਕੋਈ ਮੈਨੂੰ 8-9 ਮਹੀਨੇ ਬਾਅਦ ਜਲੰਧਰ ਆ ਕੇ ਮਿਲੇ ਤੇ ਮੈਂ ਉਹਨੂੰ ਦੱਸਿਆ ਮੈਂ ਆਖਿਆ ਮੈਂ ਤਾਂ ਪਹਿਲਾਂ ਸਮਝਦਾ ਸੀ ਐਵੇਂ ਮੁੰਡਾ ਥੋੜੇ ਚਿਰ ਦਾ ਯਤਨ ਕਰਕੇ ਨੇ ਛੜਛੁੜ ਦੇਣਾ ਤੇ ਮੈਂ ਤੁਹਾਨੂੰ ਜਾਣਦਾ ਨਹੀਂ ਸੀ ਉਹਨੇ ਮੈਨੂੰ ਹੱਸ ਕੇ ਆਖਿਆ ਕਿ ਮੈਂ ਵੀ ਜਦੋਂ ਸ਼ੁਰੂ ਕਰਨਾ ਸੀ ਤੇ ਮੈਂ ਆਪਣੇ ਪਿਤਾ ਜੀ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਜਤਿੰਦਰ ਪੰਨੂ ਨਾਲ ਤੂੰ ਗੱਲ ਕਰ ਲੈ ਪਹਿਲਾਂ ਤੇ ਮੈਂ ਆਖਿਆ ਜੀ ਜਤਿੰਦਰ ਪੰਨੂ ਕੌਣ ਹੈ ਮੈਨੂੰ ਵੀ ਤੁਹਾਡਾ ਕੋਈ ਪਤਾ ਨਹੀਂ ਸੀ ਇੱਥੋਂ ਅਸੀਂ ਤੁਰੇ ਸੱਕ ਫਿਰ ਅਸੀਂ ਜਲੰਧਰ ਵੱਡਾ ਸਟੂਡੀਓ ਬਣਾ ਲਿਆ ਕੈਨਟੋ ਵਿੱਚ ਵੱਡਾ ਬਣ ਗਿਆ ਫਿਰ ਵੈਨਕੂਵਰ ਚ ਬਣ ਗਿਆ ਅੱਜ ਕੱਲ ਕੈਲਗਰੀ ਤੇ ਵਿਨੀਪੈਗ ਦੇ ਵਿੱਚ ਵੀ ਉੱਥੇ ਚੱਲ ਰਹੇ ਨੇ ਸਟੂਡੀਓ ਇੱਧਰ ਜਲੰਧਰ ਵਾਲੇ ਸਟੂਡੀਓ ਨਾਲੋਂ 8-9 ਗੁਣਾ ਵੱਡਾ ਸਟੂਡੀਓ ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਚੰਡੀਗੜ੍ਹ ਦੇ ਲਾਗੇ ਮੋਹਾਲੀ ਦੇ ਵਿੱਚ ਹੈ ਜਿੱਥੋਂ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਨੇ ਔਰ ਇੰਨੇ ਪ੍ਰੋਗਰਾਮ ਹੈ ਕਿ ਅਸੀਂ 24 ਘੰਟੇ ਲਗਾਤਾਰ ਲਾਈਵ ਚਲਾ ਸਕਦੇ ਹਾਂ ਇੰਨੇ ਕੁ ਪ੍ਰੋਗਰਾਮ ਸਾਡੇ ਕੋਲ ਨੇ ਏਡੀ ਵੱਡੀ ਟੀਮ ਇਹਦੇ ਤੋਂ ਇਲਾਵਾ ਬਠਿੰਡੇ ਦੇ ਵਿੱਚ ਇੱਕ ਸਟੂਡੀਓ ਪ੍ਰਾਈਮ ਏਸ਼ੀਆ ਦਾ ਚੱਲਣਾ ਸ਼ੁਰੂ ਹੋ ਗਿਆ ਇੱਕ ਅੰਮ੍ਰਿਤਸਰ ਦੇ ਵਿੱਚ ਤੇ ਉਹਨਾਂ ਥਾਵਾਂ ਤੇ ਬਕਾਇਦਾ ਕੈਮਰੇ ਵਾਲੀਆਂ ਤੇ ਦੂਸਰੀਆਂ ਟੀਮਾਂ ਰਿਪੋਰਟਰਸੀਆਂ ਉਹ ਲਗਾਤਾਰ ਲੱਗੀਆਂ ਹੋਈਆਂ ਅੱਜ ਦਸਹਰੇ ਦੀ ਰਿਪੋਰਟਿੰਗ ਵੀ ਅੱਡ-ਅੱਡ ਥਾਵਾਂ ਤੋਂ ਉਹ ਸਾਰੇ ਕੁਝ ਤਿਆਰ ਕਰਦੇ ਪਏ ਆ ਰਾਤ ਨੂੰ ਉਹ ਵੀ ਅਸੀਂ ਪੇਸ਼ ਕਰਾਂਗੇ ਅਸੀਂ ਜਦੋਂ ਇਹ ਸਾਰੇ ਯਤਨਾਂ ਦੇ ਵਿੱਚ ਅੱਗੇ ਚੱਲ ਰਿਹਾ ਸਾਂ ਬਹੁਤ ਸਾਰੀਆਂ ਔਕੜਾਂ ਵੀ ਆਈਆਂ ਪਰ ਮੈਂ ਹੈਰਾਨ ਹਾਂ ਕਿ ਸਾਡੇ ਸੀਓ ਨੇ ਕਦੇ ਵੀ ਮੱਥੇ ਤੇ ਵੱਟ ਨਹੀਂ ਪੈਣ ਦਿੱਤਾ ਮੱਥੇ ਤੇ ਤਰੇੜੀ ਨਹੀਂ ਆਉਣ ਦਿੱਤੀ ਕਦੇ ਕੋਈ ਘਬਰਾਟ ਨਹੀਂ ਸੀ ਕੁਝ ਮੌਕੇ ਇਦਾਂ ਦੇ ਵੀ ਆਏ ਜਦੋਂ ਸਾਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ ਪਰ ਅਸੀਂ ਫਿਰ ਵੀ ਜਦੋਂ ਵੇਖਦੇ ਸੀ ਸੀਓ ਵੱਲ ਤੇ ਉਹਦੀਆਂ ਕੋਸ਼ਿਸ਼ਾਂ ਵੱਲ ਤੇ ਸਾਨੂੰ ਹਲਾਰਾ ਮਿਲਦਾ ਸੀ ਕਿ ਇਹੋ ਜਿਹਾ ਸੀਓ ਜਿੱਥੇ ਟੀਮ ਨੂੰ ਕਮਾਂਡ ਕਰਨ ਵਾਸਤੇ ਮਿਲਿਆ ਹੋਵੇ ਉਹਦੀ ਅਕਰ ਜਾਂਦਾ ਸੀਓ ਵੀ ਉਹ ਜਿਹੜਾ ਆਮ ਤੌਰ ਤੇ ਵੱਡੇ ادارےਾਂ ਚ ਸੀਓ ਜਾਂਦੇ ਆ ਤੇ ਉਹਦੀ ਗਰਦਨ ਹੀ ਨਹੀਂ ਖੱਬੇ ਸੱਜੇ ਮੁੜਦੀ ਉਹ ਸਿੱਧਾ ਤੁਰਿਆ ਜਾਂਦਾ ਬਾਕੀ ਉੱਠ ਕੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਰੀ ਜਾਂਦੇ ਸਾਕ ਇਥੇ ਇਹੋ ਜੀ ਗੱਲ ਨਹੀਂ ਉਹਨੇ ਸਾਡੇ ਨਾਲ ਇਥੇ ਕੁਰਸੀਆਂ ਵੀ ਚੁੱਕ ਕੇ ਲਾਈਆਂ ਨੇ ਕੁਰਸੀਆਂ ਤੋਂ ਘੱਟਾ ਵੀ ਸਾਫ਼ ਕੀਤਾ ਉਹਨੇ ਕੈਮਰੇ ਵੀ ਆਪ ਚੁੱਕ ਕੇ ਲਏ ਕਈ ਮਾਮਲਿਆਂ 'ਚ ਤਾਂ ਕੈਮਰਾ ਵਰਤਣਾ ਚਲਾਉਣਾ ਵਿੱਚ ਸਾਡੀ ਟੀਮ ਨੂੰ ਉਹਨੇ ਸਿਖਾਇਆ ਜੇ ਕਿਸੇ ਥਾਂ ਜਾਣਾ ਕੋਈ ਮੁਸ਼ਕਲ ਖੜੀ ਆ ਤੇ ਉਹਦੇ ਵਿੱਚ ਵੀ ਸਭ ਤੋਂ ਅੱਗੇ ਹੋਣਾ ਉਹਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਹੌਲੀ-ਹੌਲੀ ਬਹੁਤ ਸਾਰੇ ਯਤਨਾਂ ਤੋਂ ਬਾਅਦ Airtel ਡਿਸ਼ ਦੇ ਨਾਲ ਜਿਹੜਾ ਸੀ ਉਹ ਇੱਕ ਸੰਪਰਕ ਕੈਂਪ ਕੀਤਾ ਸਮਝੌਤਾ ਜਿਹੜਾ ਸੀ ਹੋਣ ਤੋਂ ਬਾਅਦ ਕੰਨਿਆ ਦਿਨਾਂ ਦੇ ਲੱਗੇ ਸੀ ਕੁਝ ਤਕਨੀਕੀ ਸਮੱਸਿਆਵਾਂ ਸੀ ਜਿਹੜੀਆਂ ਦੂਰ ਕਰਦਿਆਂ ਅਪਲਿੰਕਿੰਗ ਦੇ ਕੁਝ ਨੈੱਟਵਰਕ ਦੀਆਂ ਸਮੱਸਿਆਵਾਂ ਸੀ ਉਹ ਦੂਰ ਕਰਦਿਆਂ ਕਰਦਿਆਂ ਰਾਤੀ ਫਿਰ ਸਾਨੂੰ ਸੁਨੇਹਾ ਆਇਆ ਕਿ ਕੱਲ ਸਵੇਰੇ 3 ਵਜੇ ਇਹ ਡਿਸ਼ ਤੇ ਚੜ ਜਾਵੇਗਾ ਅੱਜ ਤੋਂ ਇਹ ਡਿਸ਼ ਤੇ ਚੜ ਗਿਆ ਇਹਦੇ ਵਿੱਚ ਇੱਕ ਗੱਲ ਮੈਂ ਦੱਸ ਦਿਆਂ ਕਿ ਕੋਈ ਵੀ ਧਾਰਮਿਕ ਸਥਾਨ ਹੋਵੇ ਉਹਨੂੰ ਚਲਾਉਣ ਵਾਲੇ ਪੁਜਾਰੀ ਉਹ ਜਿੰਨਾ ਮਰਜ਼ੀ ਆਖੀ ਜਾਣ ਸਾਡਾ ਅਸਲ 'ਚ ਉਹਨਾਂ ਦਾ ਨਹੀਂ ਹੁੰਦਾ ਧਰਮ ਸਥਾਨ ਸੰਗਤ ਦਾੰਦ ਇਸੇ ਤਰ੍ਹਾਂ ਕੋਈ ਮੀਡੀਆ ਅਧਾਰਾ ਜਿਹੜੇ ਖਾਸ ਕਰਕੇ ਜੇ ਅਖਬਾਰਾਂ ਹੋਣ ਤੇ ਉਹਨਾਂ ਦੇ ਅਸਲੀ ਮਾਲਕ ਉਹਨਾਂ ਦੇ ਪਾਠਕ ਹੁੰਦੇ ਆ ਜੇ ਟੀਵੀ ਚੈਨਲ ਹੋਵੇ ਉਹਦੇ ਅਸਲੀ ਮਾਲਕ ਉਹਦੇ ਦਰਸ਼ਕ ਹੁੰਦੇ ਆ ਜੇ ਰੇਡੀਓ ਚੈਨਲ ਹੋਵੇ ਉਹਦੇ ਅਸਲੀ ਮਾਲਕ ਉਹਦੇ ਸਰੋਤੇ ਹੁੰਦੇ ਆ ਤੁਸੀਂ ਸਾਰਿਆਂ ਨੇ ਹੰਗਾਰਾ ਜਿਸ ਤਰ੍ਹਾਂ ਦਿੱਤਾ ਅਸੀਂ ਜਿਸ ਤਰ੍ਹਾਂ ਲੱਗੇ ਹੋਏ ਸੀ ਇਹਨਾਂ ਸੱਤਾ ਸਾਲਾਂ ਦੇ ਵਿੱਚ ਜੇ ਲਗਾਤਾਰ ਇਹ ਅਧਾਰਾ ਅੱਗੇ ਵੱਧਦਾ ਗਿਆ ਤੇ ਅੱਜ ਇਸ ਪੜਾ ਤੱਕ ਪਹੁੰਚ ਗਿਆ ਤੇ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਡਾ ਸਾਰਿਆਂ ਦਾ ਜਿਹਦੇ ਵਾਸਤੇ ਅਸੀਂ ਤੁਹਾਡੇ ਧੰਨਵਾਦੀ ਹਾਂ ਟੀਵੀ ਪ੍ਰਾਈਮ ਏਸ਼ੀਆ ਵੱਲੋਂ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਟੀਵੀ ਪ੍ਰਾਈਮ ਏਸ਼ੀਆ ਦੇ ਸੀਓ ਅਮਨ ਖਟਕੜ ਵੱਲੋਂ ਵੀ ਕਰਦਾ ਹਾਂ ਅਗਲੀ ਗੱਲ ਮੈਂ ਇਹ ਕਹਿਣੀ ਆ ਕਿ ਕਿਉਂਕਿ ਇਹ ਹੁਣ ਡਿਸਕ ਤੇ ਚੜ ਗਿਆ ਇਹਦੇ ਨਾਲ ਸਾਨੂੰ ਪ੍ਰੋਗਰਾਮਾਂ ਦੇ ਸਮੇਂ ਵਿੱਚ ਵੀ ਕੁਝ ਅਦਲਾ ਬਦਲੀ ਕਰਨੀ ਪਈ ਉਸ ਅਦਲਾ ਬਦਲੀ ਦੇ ਮੁਤਾਬਕ ਜਿਹੜਾ ਅੱਗੇ ਤੁਸੀਂ ਸਾਡਾ ਪ੍ਰਾਈਮ ਡਿਸਕਸ਼ਨ ਦਾ ਪ੍ਰੋਗਰਾਮ ਰੋਜ਼ 5 ਵਜੇ ਤੋਂ ਬਾਅਦ ਉਡੀਕਣ ਲੱਗ ਪੈਂਦੇ ਸੀ ਉਸੇ ਵਕਤ YouTube ਲਾ ਕੇ ਬੈਠ ਜਾਂਦੇ ਸੀ ਉਹ ਹੁਣ ਥੋੜਾ ਜਿਹਾ ਤਬਦੀਲੀ ਕਰਨੀ ਪਈ ਆ ਨਵੇਂ ਜਿਹੜੇ ਸਾਡੇ ਤਰਤੀਬ ਹੈ ਉਹਦੇ ਮੁਤਾਬਕ ਅੱਗੇ ਤੋਂ ਇਹ ਪ੍ਰੋਗਰਾਮ ਭਾਰਤੀ ਸਮੇਂ ਮੁਤਾਬਕ ਸ਼ਾਮ ਨੂੰ 8 ਵਜੇ ਰਿਲੀਜ਼ ਹੋਇਆ ਕਰੇਗਾ ਉਦੋਂ ਮੈਂ ਤੁਹਾਡੇ ਕੋਲ ਹਾਜ਼ਰੀ ਭਰਿਆ ਕਰਾਂਗਾ ਮੈਨੂੰ ਪਤਾ ਹੈ ਕਿ ਇਹਦੇ ਵਿੱਚ ਥੋੜੇ ਦਿਨ ਤੁਹਾਨੂੰ ਵੀ ਇਸ ਪ੍ਰੋਗਰਾਮ ਨੂੰ ਨੋਟ ਕਰਨ ਦੇ ਵਿੱਚ ਉਹਦੇ ਨਾਲ ਕਈਆਂ ਥਾਵਾਂ ਤੇ ਸਮੇਂ ਦੀ ਤਬਦੀਲੀ ਜਿਹੜੀ ਸ਼ਾਇਦ ਤੁਹਾਨੂੰ ਸੂਤ్రਨਾ ਬੈਠਦੀ ਹੋਵੇ ਉਦੇ ਵਾਸਤੇ ਵੀ ਤੁਹਾਨੂੰ ਕੁਝ ਥਾਵਾਂ ਤੇ ਮੁਸ਼ਕਲ ਆ ਸਕਦੀ ਹੈ ਪਰ ਮੈਨੂੰ ਇਹ ਵੀ ਯਕੀਨ ਹੈ ਕਿ ਜੋ ਮਰਜੀ ਮੁਸ਼ਕਲਾਂ ਹੋਣ ਤੁਸੀਂ ਕਿਉਂਕਿ ਸਾਰੇ ਜਣੇ ਸਾਡੇ ਆਪਣੇ ਹੋ ਪਿਛਲੇ ਸਮੇਂ 'ਚ ਲਗਾਤਾਰ ਤੁਸਾਂ ਸਾਥ ਦਿੱਤਾ ਲਗਾਤਾਰ ਤੁਹਾਨੂੰ ਸਹਿਯੋਗ ਦਿੱਤਾ ਔਰ ਇਹ ਵੀ ਹੈ ਕਿ ਪ੍ਰਾਈਮ ਡਿਸਕਸ਼ਨ ਦਾ ਪ੍ਰੋਗਰਾਮ ਇਹ ਨਹੀਂ ਕਿ ਇੱਕ ਵਾਰ ਹੋ ਗਿਆ ਤੁਸੀਂ ਉਸ ਵਕਤ ਵੇਖ ਨਹੀਂ ਸਕਤੇ ਰਹਿ ਗਿਆ ਜਦੋਂ ਇਹ ਡਿਸਟੇ ਚੜ ਗਿਆ ਉੱਥੇ ਵੀ ਦੋ ਤਿੰਨ ਵਾਰ ਹੋਵੇਗਾ ਰਿਪੀਟ ਪਤਾ ਨਹੀਂ ਸ਼ਾਇਦ ਦੋ ਵਾਰ ਕਰਨਾ ਅਜੇ ਸਾਰਾ ਕੁਝ ਅਜੇ ਪਹਿਲਾ ਦਿਨ ਐਸ ਕਰਕੇ ਤਰਤੀਬ ਅਸੀਂ ਬਣਾਉਂਦੇ ਪਏ ਆਂ YouTube ਤੇ ਆ ਗਿਆ ਤੇ ਉਹ ਤਾਂ ਆ ਹੀ ਗਿਆ ਤੁਸੀਂ ਬਾਅਦ ਵਿੱਚ ਵੀ ਕਿਸੇ ਵਕਤ ਵੇਖ ਸਕਦੇ ਆ ਇਹ ਸਾਰਾ ਕੁਝ ਅਸੀਂ ਕਰਦੇ ਪਏ ਹਾਂ ਮੈਂ ਇਸ ਮੌਕੇ ਤੇ ਇੱਕ ਜਿਹੜਾ ਸਾਡੀ ਮੈਨੇਜਮੈਂਟ ਵੱਲੋਂ ਸੰਦੇਸ਼ ਆ ਉਹ ਦੇਣਾ ਚਾਹਣਾ ਉਹ ਇਹ ਕਿ ਅੱਜ ਦਸਹਰੇ ਦਾ ਦਿਨ ਹੈ ਬਦੀ ਉੱਤੇ ਨੇਕੀ ਦੀ ਜਿੱਤ ਦਾ ਦਿਨ ਕਿਹਾ ਜਾਂਦਾ ਇਹ ਵੱਖਰੀ ਗੱਲ ਹੈ ਕਿ ਹਰ ਸਾਲ ਬਦੀ ਦੇ ਪ੍ਰਤੀਕ ਰਾਵਣ ਨੂੰ ਸਾੜਦੇ ਵੀ ਰਹਿੰਦੇ ਆ ਉਹ ਪਤਾ ਨਹੀਂ ਅਗਲੇ ਸਾਲ ਫਿਰ ਆਪੇ ਕਿਉਂ ਉਠਕਲਾਉਂਦਾ ਇੱਥੇ ਇੱਕ ਰਿਵਾਜ ਪਿਆ ਹੈ ਕਿ ਪਹਿਲਾਂ ਇੱਕ ਬੁੱਤ ਬਣਾਇਆ ਜਾਵੇ ਉੱਚਾ ਲੰਮਾ ਬੁੱਤ ਉਹਨੂੰ ਮੁੱਛਾਂ ਲਾਈਆਂ ਜਾਂਣ ਉਹਦੀਆਂ ਅੱਖਾਂ ਲਾਲੀ ਵਾਲੀਆਂ ਹੋਣ ਦੂਰੋਂ ਖੜੋ ਕੇ ਵੇਖਿਆ ਜਾਵੇ ਹੁਣ ਬੜਾ ਡਰਾਉਣਾ ਲੱਗਦਾ ਤੇ ਫਿਰ ਆਪੇ ਬਣਾਇਆ ਬੁੱਤ ਸਾੜ ਕੇ ਤੇ ਖੁਸ਼ ਹੋ ਜਾਏਗੇ ਸਾਡਾ ਸਮਾਜ ਇਹੋ ਜਿਹਾ ਰਾਵਣ ਇਹੋ ਜਿਹੇ ਜਿਹੜੇ ਕਿਰਦਾਰ ਉਹ ਪੈਦਾ ਕਰਦਾ ਜਿਨ੍ਹਾਂ ਨੂੰ ਪਹਿਲਾਂ ਤਿਆਰ ਕਰਦਾ ਫਿਰ ਉਹਨੂੰ ਵੇਖ ਕੇ ਆਪ ਸਾਡਾ ਸਮਾਜ ਡਰਦਾ ਸਾਰਿਆਂ ਨੂੰ ਡਰਾਉਂਦਾ ਕਿ ਹਾਏ ਇਹ ਤਾਂ ਖਾਜੂ ਤੇ ਫਿਰ ਇੱਕ ਦਿਨ ਉਸੇ ਨੂੰ ਲਾਂਬੂ ਲਾਉਣ ਵਾਸਤੇ ਜਾਂ ਜੇਲ੍ਹ ਵਿੱਚ ਭੇਜਣ ਵਾਸਤੇ ਤਿਆਰ ਹੋ ਜਾਂਦਾ ਅਸੀਂ ਉਸ ਸਮਾਜ ਦੇ ਵਿੱਚ ਬੜੀਆਂ ਔਕਾਂ ਹਾਲਤਾਂ ਚ ਲੰਘ ਰਹੇ ਹਾਂ ਇੱਥੇ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਜਾਤੀਆਂ ਹੁੰਦੀਆਂ ਮਨੀਪੁਰ ਦੇ ਵਿੱਚ ਕਿਸੇ ਦੀ ਧੀ ਭੈਣ ਨੂੰ ਨੰਗਿਆ ਕਰਕੇ ਪਰੇਡ ਕਰਾਈ ਜਾਵੇ ਤੇ ਕਹਿੰਦੇ ਪਛੜਿਆ ਇਲਾਕਾ ਪਰ ਜਿਹੜੀ ਪਰਸੋਂ ਮਹਾਰਾਸ਼ਟਰ ਚ ਘਟਨਾ ਵਾਪਰੀ ਤੇ ਇੱਕ ਸਿਆਸੀ ਪਾਰਟੀ ਦੇ ਵਿਧਾਇਕ ਤੇ ਉਹਦੀ ਪਤਨੀ ਦੇ ਉੱਤੇ ਕੇਸ ਬਣਿਆ ਤੇ ਰਾਜ ਵੀ ਉਸੇ ਪਾਰਟੀ ਦਾ ਉੱਥੇ ਹੋਵੇ ਇੱਕ ਲੜਕੀ ਨੂੰ ਜਿਸ ਤਰ੍ਹਾਂ ਉਹਨਾਂ ਨੇ ਕਬਾਈਲੀ ਲੜਕੀ ਸੀ ਗਰੀਬੜੀ ਉਹਨੂੰ ਜਿਸ ਤਰ੍ਹਾਂ ਨਗਨ ਪਰੇਡ ਕਰਾਈ ਗਈ ਔਰ ਫਿਰ ਨਾ ਤਾਂ ਛੁੱਟ ਕਿਉਂ ਬਗੈਰ ਕੱਪੜਿਆਂ ਤੋਂ ਸੜਕ ਤੇ ਪਬਲਿਕ ਦੇ ਸਾਹਮਣੇ ਨੰਗੇ ਤੁਹਾਡ ਤੋਂ ਉੱਡਦੀ ਵਿਚਾਰੀ ਗਈ ਆਪਣੇ ਘਰ ਵੱਲ ਨੂੰ ਇਹ ਸ਼ਰਮਨਾਕ ਘਟਨਾਵਾਂ ਸਾਡੇ ਸਮਾਜ ਚ ਅਜੇ ਵਾਪਰਦੀਆਂ ਅਜੇ ਵੀ ਇੱਥੇ ਦੱਬੇ ਕੁਚਲੇ ਲੋਕਾਂ ਨਾਲ ਇੰਨੀ ਜਿਆਦਤੀ ਹੁੰਦੀ ਹੈ ਕਿ ਕਿਤੇ ਪੰਚਾਇਤ ਵਿੱਚ ਬਿਠਾ ਕੇ ਤੇ ਜੁੱਤੀ ਉੱਤੇ ਥੁੱਕ ਕੇ ਉਹਨੂੰ ਛੱਟਣ ਨੂੰ ਆਖਿਆ ਜਾਂਦਾ ਕਿਤੇ ਇੱਕ ਗਰੀਬੜੇ ਨੂੰ ਖੜਾ ਕਰਕੇ ਤੇ ਸਿਆਸੀ ਲੀਡਰ ਉਹਦੇ ਮੂੰਹ ਦੇ ਉੱਤੇ ਪਿਸ਼ਾਬ ਕਰਨ ਦੀ ਗੰਦੀ ਹਰਕਤ ਕਰਦਾ ਇਹੋ ਜਿਹੀਆਂ ਘਟਨਾਵਾਂ ਵੀ ਵਾਪਰਦੀਆਂ ਬਹੁਤ ਕੁਝ ਇੱਥੇ ਹੈਗਾ ਅਸੀਂ ਇਹ ਬਿਲਕੁਲ ਦਾਵਾ ਨਹੀਂ ਕਰਦੇ ਕਿ ਅਸੀਂ ਸਾਰਾ ਕੁਝ ਸਾਫ਼ ਕਰ ਸਕਦੇ ਹਾਂ ਅਸੀਂ ਸਾਫ਼ ਨਹੀਂ ਕਰ ਸਕਦੇ ਇਹੋ ਜੇ ਕੰਮ ਤਾਂ ਪਬਲਿਕ ਕਰ ਸਕਦੀ ਹੁੰਦੀ ਆ ਉਦੋਂ ਕਰ ਸਕਦੀ ਹੁੰਦੀ ਆ ਜਦੋਂ ਇਹੋ ਜਿਹੀਆਂ ਜਾਤੀਆਂ ਬਰਦਾਸ਼ਤ ਕਰਦਿਆਂ ਕਰਦਿਆਂ ਉਹਦੇ ਸਬਰ ਦਾ ਪਿਆਲਾ ਭਰ ਜਾ ਕਿਸੇ ਦਿਨ ਉਹ ਵੀ ਭਰ ਸਕਦਾ ਅਸੀਂ ਉਸ ਸਮੇਂ ਦੀ ਉਡੀਕ ਕਰਾਂਗੇ ਪ੍ਰਾਈਮੇਸੀਆ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਂਦਾ ਕਿ ਅਸੀਂ ਜਦੋਂ ਤੋਂ ਤੁਰਿਆ ਸਾਡਾ ਇੱਕੋ ਹੀ ਵਾਦਾ ਕਿ ਸਾਡੀ ਸਾਰੀ ਟੀਮ ਨੂੰ ਸਿਖਾਇਆ ਗਿਆ ਕੋਸ਼ਿਸ਼ ਕਰੋ ਅਸੀਂ ਗੰਦਮਨ ਦੇ ਖਿਲਾਫ ਲੜੀਏ ਅਸੀਂ ਗੰਦਮੰਦ ਵਰਤੌਣ ਵਾਲਿਆਂ ਦੇ ਖਿਲਾਫ ਖੜੀਏ ਅਸੀਂ ਕੋਸ਼ਿਸ਼ ਕਰੀਏ ਕਿ ਜਿੰਨਾ ਕੁ ਹੋ ਸਕੇ ਗੰਦ ਭ੍ਰਿਸ਼ਟਾਚਾਰ ਦਾ ਹੋਵੇ ਸਮਾਜੀ ਰਿਸ਼ਤਿਆਂ ਦਾ ਹੋਵੇ ਜਾਂ ਗੰਦ ਕਿਸੇ ਵੀ ਕਿਸਮ ਦੀ ਫਿਰਕਾ ਪ੍ਰਸਤੀਤਾ ਹੋਵੇ ਜਾਤ ਪਾਤ ਦਾ ਹੋਵੇ ਹਰ ਕਿਸਮ ਦੇ ਗੰਦਗਤ ਖਿਲਾਫ ਲੜੀਏ ਅਸੀਂ ਕੋਸ਼ਿਸ਼ ਕਰੀਏ ਸਾਡੀ ਸਾਰੀ ਟੀਮ ਨੂੰ ਇਹ ਸਿਖਾਇਆ ਜਾਂਦਾ ਕੋਸ਼ਿਸ਼ ਕਰੋ ਕਿ ਆਪਾਂ ਇਹ ਗੰਦ ਸਾਫ਼ ਕਰਨਾ ਪਰ ਜੇ ਸਾਫ਼ ਕਰਨ ਜੋਗੇ ਨਹੀਂ ਤੇ ਸਾਡੀ ਟੀਮ ਦਾ ਹਰ ਮੈਂਬਰ ਤੁਹਾਡੇ ਕੋਲ ਆਪਣੇ ਦਰਸ਼ਕਾਂ ਦੇ ਸਾਥੂ ਵਜੋਂ ਅਸੀਂ ਅਸਲ ਦਾ ਵਾਅਦਾ ਕਰਦਾ ਕਿ ਸਾਡਾ ਕੋਈ ਮੈਂਬਰ ਹਰ ਮੈਂਬਰ ਸਾਡਾ ਇੱਥੇ ਇਹ ਯਤਨ ਕਰੇਗਾ ਕਿ ਉਹਦਾ ਨਾਂ ਗੰਦ ਪਾਉਣ ਵਾਲਿਆਂ ਵਿੱਚ ਕਦੇ ਨਾ ਲਿਖਿਆ ਜਾਵੇ ਇਸ ਕਾਰਨ ਵਾਸਤੇ ਮੈਂ ਤੁਹਾਨੂੰ ਆਪਣੀ ਟੀਮ ਵੱਲੋਂ ਆਪਣੇ ਸੀਈਓ ਅਮਨ ਖੜਕੜ ਵੱਲੋਂ ਵੀ ਯਕੀਨ ਦਿਵਾਉਣਾ ਔਰ ਇੱਕ ਵਾਰੀ ਫਿਰ ਇਸ ਕਲ ਦੀ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨਾ ਕਿ ਤੁਹਾਡਾ ਟੀਵੀ ਪ੍ਰਾਈਮ ਏਸ਼ੀਆ ਇੱਕ ਛੋਟੇ ਜਿਹੇ ਵੈਬ ਚੈਨਲ ਤੋਂ ਸ਼ੁਰੂ ਹੋ ਕੇ ਇੱਕ ਛੋਟੀ ਜੀ ਕੋਠੀ ਤੋਂ ਸ਼ੁਰੂ ਹੋ ਕੇ ਅੱਜ ਏਡੇ ਵੱਡੇ ਸਟੂਡੀਓ ਦੇ ਵਿੱਚੋਂ ਇੰਨੇ ਵੱਡੇ ਇਨਫਰਾਸਟ੍ਰਕਚਰ ਦੇ ਨਾਲ ਏਡੀ ਵੱਡੀ ਟੀਮ ਮੈਨੂੰ ਤਾਂ ਸਾਰਿਆਂ ਦੇ ਨਾਮ ਨਹੀਂ ਆਉਂਦੇ ਸਾਡੇ ਪਤਾ ਨਹੀਂ 150 ਤੋਂ 200 ਅੱਧਾ ਥਾਵਾਂ ਤੇ ਖਿਲਰੇ ਪਏ ਨੇ ਏਡੀ ਟੀਮ ਦੇ ਨਾਲ ਜੇ ਇਸ ਪੜਾਤ ਤੱਕ ਪਹੁੰਚ ਗਿਆ ਕਿਉਂ ਏਅਰਟੈਲ ਦੇ ਡਿਸ਼ ਦੇ ਉੱਤੇ ਨੰਬਰ 564 ਤੇ ਤੁਸੀਂ ਦੇਖ ਸਕਦੇ ਹੋ ਤੇ ਅਗਲਿਆਂ ਦਿਨਾਂ ਦੇ ਵਿੱਚ ਇਹ ਹੋਰ ਤਰੱਕੀਆਂ ਕਰੇਗਾ ਪਰ ਕਰੇਗਾ ਤਦੇ ਜੇ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਸਾਡੇ ਸਿਰ ਤੇ ਸਾਡੀ ਪੂਰੀ ਟੀਮ ਦੇ ਸਿਰ ਤੇ ਰਹੇਗਾ ਇਸ ਆਸ ਦੇ ਨਾਲ ਕਿ ਆਪਣਾ ਸਹਿਯੋਗ ਇਸੇ ਤਰ੍ਹਾਂ ਜਾਰੀ ਰਹੇਗਾ ਤੁਸੀਂ ਸਾਡੇ ਇਸੇ ਤਰ੍ਹਾਂ ਸਾਥ ਦਿੰਦੇ ਰਹੋਗੇ ਇਸ ਆਸ ਦੇ ਨਾਲ ਕਿ ਟਾਈਮ ਵਿੱਚ ਜਿਹੜੀ ਥੋੜੀ ਜਿਹੀ ਤਬਦੀਲੀ ਸਾਨੂੰ ਕਰਨੀ ਪਈ ਆ ਉਸ ਮਜਬੂਰੀ ਨੂੰ ਤੁਸੀਂ ਸਮਝੋਗੇ ਇਸ ਆਸ ਦੇ ਨਾਲ ਕਿ ਇਸ ਤਰੱਕੀ ਦੇ ਅਸਲੀ ਹੱਕਦਾਰ ਜਿਹੜੇ ਤੁਸੀਂ ਹੋ ਜਿਨ੍ਹਾਂ ਦਾ ਸਭ ਤੋਂ ਵੱਧ ਯੋਗਦਾਨ ਹੈ ਤੁਸੀਂ ਸਾਰੇ ਇਸੇ ਤਰ੍ਹਾਂ ਹੀ ਤੁਸੀਂ ਅਸੀਂ ਅਸੀਂ ਤੇ ਤੁਸੀਂ ਮਿਲ ਕੇ ਚੱਲਦੇ ਰਵਾਂਗੇ ਨਵੇਂ ਹਾਲਾਤ ਦੇ ਵਿੱਚ ਨਵੇਂ ਦਿਸ ਹੱਦੇ ਸਰ ਕਰਨ ਵਾਸਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਕਰਦਾ ਹੋਇਆ ਤੁਹਾਡੇ ਅਸ਼ੀਰਵਾਦ ਦੀ ਆਸ ਕਰਦਾ ਹੋਇਆ ਤੁਹਾਡੇ ਤੋਂ ਛੁੱਟੀ ਚਾਹਨਾ ਔਰ ਪੂਰੀ ਟੀਮ ਵੱਲੋਂ ਇੱਕ ਵਾਰੀ ਫੇਰ ਤੁਹਾਡੇ ਲਈ ਸ਼ੁਭ ਕਾਮਨਾਵਾਂ ਪੇਟ ਕਰਦਾ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਟੀਵੀ ਪ੍ਰਾਈਮੇਸ਼ੀਆ ਤੁਹਾਡਾ ਆਪਣਾ ਤੁਹਾਡੇ ਲਈ